ਕਾਂਗਰਸੀ ਆਗੂ ਕੁਲਵੀਰ ਜੀਰਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਹੋਏ ਨੇ। ਜੀਰਾ ਸਾਹਿਬ, ਬਹੁਤ ਸਵਾਗਤ ਹੈ ਡੇਲੀ ਪੋਸਟ 'ਤੇ। ਜੀਰਾ ਸਾਹਿਬ, ਜੋ ਜਾਣਕਾਰੀ ਮਿਲ ਰਹੀ ਹੈ ਕਿ ਅੰਮ੍ਰਿਤਪਾਲ ਜੋ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ, ਉਹਨਾਂ ਦਾ ਭਰਾ ਹਰਪ੍ਰੀਤ ਸਿੰਘ ਜਿਹੜਾ ਉਹ ਨਸ਼ੀਲੇ ਪਦਾਰਥ ਦੇ ਨਾਲ ਗ੍ਰਿਫਤਾਰ ਕੀਤਾ ਗਿਆ, ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਮੈਂ ਵੀ ਨਿਊਜ਼ ਜਿਹੜੀ ਆ ਕਿ ਹੁਣੇ ਦੇਖ ਰਿਹਾ ਸੀਗਾ ਫੇਸਬੁੱਕ ਤੇ ਪਾਈ ਆ ਹਰਪ੍ਰੀਤ ਸਿੰਘ ਜੀ। ਤਾਂ ਮੈਂ ਤਾਂ ਵੈਸੇ ਇਲੈਕਸ਼ਨਾਂ ਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਨੇ ਵੀ ਇੱਕ ਲੈਟਰ ਲਿਖੀ ਸੀ ਜਿਹਦੇ 'ਚ ਕਿਹਾ ਸੀਗਾ ਕਿ ਜਿਹੜੇ ਵੀ ਪਰਿਵਾਰ ਦੇ ਜੀ ਨੇ ਜਾਂ ਜਿਹੜਾ ਵੀ ਕੈਂਡੀਡੇਟ ਆ ਉਹਦਾ ਡਾਕੂਮੈਂਟਸ ਹੋਣਾ ਚਾਹੀਦਾ। ਔਰ ਮੈਂ ਅੱਜ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਕਈਆਂ ਨੇ ਇਹ ਗੱਲ ਪਾਈ ਹੈ ਕਿ ਜਿਹੜਾ ਕਿ ਪੁਲਿਸ ਨੇ ਧੱਕਾ ਕੀਤਾ, ਔਰ ਮੈਂ ਤਾਂ ਇਹ ਗੱਲ ਕਹਾਂਗਾ ਕਿ ਅੱਜ ਵੀ ਡਾਕੂਮੈਂਟਸ ਕਰਾਇਆ ਜਾਵੇ। ਕਿਉਂਕਿ ਜਿਹੜੇ ਲੋਕ ਕਹਿੰਦੇ ਸੀਗੇ ਕਿ ਭਾਈ ਅੰਮ੍ਰਿਤਪਾਲ ਜੀ ਨਸ਼ਾ ਛਡਾਉਂਦੇ ਨੇ, ਅੱਜ ਉਹਨਾਂ ਦਾ ਭਰਾ ਹੀ ਜਿਹੜਾ ਕਿ ਨਸ਼ੇ ਦੇ ਵਿੱਚ ਫੜਿਆ ਗਿਆ, ਤੇ ਇਸ ਦਾ ਸਪਸ਼ਟੀਕਰਨ ਤਾਂ ਵੈਸੇ ਪਰਿਵਾਰ ਜ਼ਿਆਦਾ ਦੇ ਸਕਦਾ, ਪਰ ਮੈਂ ਤਾਂ ਇਹ ਗੱਲ ਕਹਾਂਗਾ ਕਿ ਇਹਨਾਂ ਦਾ ਡੋਗ ਟੈਸਟ ਜ਼ਰੂਰ ਅੱਜ ਵੀ ਕਰਵਾਇਆ ਜਾਵੇ, ਕਿਉਂਕਿ ਬੜੀ ਮਾੜੀ ਗੱਲ ਆ। ਕਿਉਂਕਿ ਗੁਰੂ ਦਾ ਬਾਣਾ ਪਾ ਕੇ ਤੇ ਨਸ਼ੇ ਦਾ ਸੇਵਨ ਕਰਨਾ ਜਾਂ ਨਸ਼ਾ ਵੇਚਣਾ, ਤਾਂ ਫਿਰ ਆਪਾਂ ਇਹ ਕਹਿੰਦੇ ਹਾਂ ਕਿ ਇੱਕ ਅਸੀਂ ਆਪਦੀ ਸਿੱਖ ਕੌਮ ਦੇ ਬਹੁਤ ਵੱਡਾ ਜਿਹੜਾ ਕਿ ਉਹ ਧੋਖਾ ਕਰ ਰਹੇ ਬਾਣੇ ਦੀ ਆੜ ਚ। ਕੁਲਵੀਰ ਜੀ, ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਸਰੂਪ ਹੈ ਜੋ ਹਰਪ੍ਰੀਤ ਸਿੰਘ ਉਹਨਾਂ ਦਾ, ਔਰ ਇਸ ਤੋਂ ਪਹਿਲਾਂ ਕੋਈ ਅਜਿਹੀ ਗੱਲ ਸਾਹਮਣੇ ਨਹੀਂ ਆਈ ਹੈ, ਐਮ ਪੀ ਬਣਨ ਤੋਂ ਬਾਅਦ ਅੰਮ੍ਰਿਤਪਾਲ ਉਹਨਾਂ ਦੇ ਐਮ ਪੀ ਬਣਨ ਤੋਂ ਬਾਅਦ ਇਹ ਜਿਹੜੀ ਗ੍ਰਿਫਤਾਰੀ ਨਸ਼ੇ ਨੂੰ ਲੈ ਕੇ ਹੋਈ ਹੈ, ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ, ਕਿਵੇਂ ਪੜਚੋਲ ਕਰਦੇ ਹੋ ਇਸ ਚੀਜ਼ ਦੀ? ਇਹ ਮੇਰੀਆਂ ਅੱਜ ਵੀ ਪੁਰਾਣੀਆਂ ਸਪੀਚ ਤੁਸੀਂ ਕੱਢ ਸਕਦੇ ਹੋ, ਮੈਂ ਉਹਨਾਂ ਦੇ ਵਿੱਚ ਵੀ ਇਹ ਗੱਲ ਕਰ ਰਿਹਾ ਕਿਉਂਕਿ ਜਦੋਂ ਮੈਂ ਬਾਬਾ ਬਕਾਲਾ ਦੇ ਵਿੱਚ ਗਿਆ ਸੀ ਤਾਂ ਉਦੋਂ ਵੀ ਮੈਨੂੰ ਲੋਕਾਂ ਨੇ ਮੇਰੇ ਧਿਆਨ 'ਚ ਲਿਆਂਦੀ ਸੀ ਗੱਲ। ਮੈਂ ਉਦੋਂ ਇਹ ਗੱਲ ਕਰਦਾ ਸੀਗਾ ਕਿ ਲਾਲਜੀਤ ਭੁੱਲਰ ਦਾ ਜੇ ਡੋਪ ਟੈਸਟ ਹੋਣਾ ਚਾਹੀਦਾ, ਮੇਰਾ ਵੀ ਹੋਣਾ ਚਾਹੀਦਾ, ਵਿਰਸਾ ਸਿੰਘ ਵਲਟੋਭਾ ਜੀ ਦਾ ਵੀ ਹੋਣਾ ਚਾਹੀਦਾ, ਔਰ ਅੰਮ੍ਰਿਤਪਾਲ ਜੀ ਤਾਂ ਅੰਦਰ ਬੈਠੇ ਨੇ, ਇਹਨਾਂ ਦੇ ਭਰਾ ਦਾ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਲੋਕਾਂ ਨੇ ਮੈਨੂੰ ਉਦੋਂ ਵੀ ਮੇਰੇ ਧਿਆਨ 'ਚ ਲਿਆਂਦਾ ਸੀ, ਪਰ ਮੈਂ ਸੱਚ ਨਹੀਂ ਸੀ ਮੰਨਦਾ ਕਿਉਂਕਿ ਮੈਂ ਕਿਹਾ ਗੁਰੂ ਦਾ ਬਾਣਾ ਪਾਇਆ, ਗੁਰੂ ਦੇ ਸਿੱਖ ਨੇ। ਔਰ ਮੈਂ ਅੱਜ ਵੀ ਇਹ ਗੱਲ ਕਹਿਣਾ ਕਿ ਅੱਜ ਠੀਕ ਆ, ਅੱਜ ਜਿਹੜੇ ਇਲਜ਼ਾਮ ਇਹਨਾਂ 'ਤੇ ਲੱਗੇ ਨੇ, ਪਰ ਅੱਜ ਵੀ ਮੈਂ ਪੁਲਿਸ ਨੂੰ ਇਹ ਗੱਲ ਕਹਿਣਾ ਕਿ ਅੱਜ ਵੀ ਜ਼ਰੂਰ ਇਹਨਾਂ ਦਾ ਡੋਪ ਟੈਸਟ ਜ਼ਰੂਰ ਕਰਾਓ, ਨਾ ਤਾਂ ਕਿ ਪਤਾ ਲੱਗ ਸਕੇ ਕਿ ਜਿਹੜੀ ਲੋਕ ਗੱਲ ਕਰਦੇ ਸੀ ਉਹ ਸੱਚੀ ਹੈ ਜਾਂ ਝੂਠੀ ਹੈ, ਨਹੀਂ ਤਾਂ ਸ਼ਰੇਆਮ ਇਹ ਗੱਲ ਚੱਲ ਰਹੀ ਹੈ ਕਿ ਬਈ ਜਿਹੜੀ ਇਹ ਪੁਲਿਸ ਉਹ ਧੱਕਾ ਕਰ ਰਹੀ ਹੈ। ਠੀਕ ਹੈ, ਬਹੁਤ ਸ਼ੁਕਰੀਆ ਕੁਲਵੀਰ ਜੀ ਸਾਡੇ ਨਾਲ ਜੁੜਨ ਦੇ ਲਈ ਅਤੇ ਗੱਲਬਾਤ ਕਰਨ ਦੇ ਲਈ।